ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗਗਨਦੀਪ ਸੇਖੋਂ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਗਵਰਨਮੈਂਟ ਐਗਜ਼ਾਮ ਤੋਂ ਪਹਿਲਾਂ ਇੱਕ ਪੰਜਾਬੀ ਦਾ ਪੇਪਰ ਜੋ ਕਿ ਲਾਜ਼ਮੀ ਹੈ ਉਹ ਹੋਇਆ ਕਰੇਗਾ ਅਤੇ ਪਰਸੋਂ ਸਟੈਨੋ ਵਾਲਿਆਂ ਦਾ ਪੇਪਰ ਲਿਆ ਗਿਆ ਸੀ ਤਾਂ ਇਸ ਤੋਂ ਪਹਿਲਾਂ ਸਾਨੂੰ ਇਹ ਸੀ ਕਿ ਪਤਾ ਨਹੀਂ ਕਿਸ ਤਰ੍ਹਾਂ ਦਾ ਪੇਪਰ ਆਵੇਗਾ ਲੋ ਲੈਵਲ ਦਾ ਆਵੇਗਾ ਜਾਂ ਹਾਈ ਲੈਵਲ ਦਾ ਤਾਂ ਉਹ ਪੇਪਰ ਆਪਣੇ ਕੋਲ ਹੈ ਅਤੇ ਮੈਂ ਤੁਹਾਨੂੰ ਹੱਲ ਕਰਾਵਾਂਗਾ ਅਤੇ ਦੱਸਾਂਗਾ ਕਿ ਕਿੱਥੋਂ-ਕਿੱਥੋਂ ਕੁਐਸਚਨ ਬਣੇ ਹਨ ਕਿ ਇਹ ਸਿਲੇਬਸ ਦੇ ਵਿੱਚੋਂ ਆਇਆ ਹੈ ਕਿ ਆਊਟ ਆਫ ਸਿਲੇਬਸ ਪੁੱਛਿਆ ਗਿਆ ਹੈ ਤਾਂ ਆਪਾਂ ਜੋ ਪੇਪਰ ਪੁੱਛਿਆ ਗਿਆ ਹੈ ਸਟੈਨੋ ਵਾਲਿਆਂ ਦਾ ਉਸ ਬਾਰੇ ਗੱਲ ਕਰਦੇ ਹਾਂ ਤਾਂ ਦੇਖੋ ਇਸ ਦੇ ਵਿੱਚ ਜੋ ਫਰਸਟ ਕੁਐਸਚਨ ਹੈ ਗੁਰੂ ਨਾਨਕ ਦੇਵ ਜੀ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਪੰਦੇਕੂਲ ਪੜਨ ਲਈ ਭੇਜਿਆ ਗਿਆ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਇਹੇ ਦੇਖਣਾ ਹੈ ਕਿ ਤੁਹਾਨੂੰ ਆਉਂਦਾ ਹੈ ਕਿ ਨਹੀਂ ਜੇਕਰ ਆਉਂਦਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਆਨਸਰ ਟਾਈਪ ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਪੰਜਾਬੀ ਕਿਸ ਤਰ੍ਹਾਂ ਦੀ ਆ ਰਹੀ ਹੈ ਪੇਪਰ ਦੇ ਵਿੱਚ ਪਤਾ ਲੱਗ ਸਕੇ ਸਾਰਿਆਂ ਨੂੰ ਤਾਂ ਦੋਸਤੋ ਜਾਦੇ ਗੱਲਾਂ ਨਾ ਕਰਦੇ ਆਪਾਂ ਗੱਲ ਕਰਦੇ ਹਾਂ ਗੁਰਨਾਨਕ ਦੇਵ ਜੀ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਪੰਦੇ ਕੋਲ ਪੜਨ ਲਈ ਭੇਜਿਆ ਗਿਆ 4 ਸਾਲ ਦੀ ਉਮਰ ਵਿੱਚ 5 ਸਾਲ ਦੀ ਉਮਰ ਵਿੱਚ 6 ਸਾਲ ਦੀ ਉਮਰ ਵਿੱਚ ਜਾਂ 7 ਸਾਲ ਦੀ ਉਮਰ ਵਿੱਚ ਤਾਂ ਇਸ ਦਾ ਆਨਸਰ ਹੈ ਜੋ ਡੀ ਆਪਸ਼ਨ ਹੈ ਡੀ ਆਪਸ਼ਨ ਹੈ ਜੋ ਇਸ ਦਾ ਉਹ ਇਸ ਦਾ ਕੀ ਹੋ ਜਾਵੇਗਾ ਆਨਸਰ ਹੋ ਜਾਵੇਗਾ 7 ਸਾਲ ਦੀ ਉਮਰ ਦੇ ਵਿੱਚ ਪੰਦੇ ਕੋਲ ਪੜਨ ਲਈ ਭੇਜਿਆ ਗਿਆ ਹੁਣ ਕੁਐਰੀਜ਼ ਇਹ ਹਨ ਕਿ ਬੁਕਸ ਦੇ ਵਿੱਚ ਲਿਖਿਆ ਹੋਇਆ ਹੈ ਪੰਡਿਤ ਕੋਲ ਪੜਨ ਲਈ ਭੇਜਿਆ ਗਿਆ हां दोस्तों पांडे दा मतलब है पंडित कुल पंडित ਦੇ ਕੂਲ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ ਗਿਆ ਸੀ 7 ਸਾਲ ਦੀ ਉਮਰ ਵਿੱਚ ਇਹ ਕੁਐਸਚਨ ਆ ਗਿਆ ਹੈ ਤਾਂ ਅਗਲਾ ਕੁਐਸਚਨ ਹੈ ਮੁਸਲਮਾਨ ਮਤਲਬ ਕੀ ਹੈ ਮੌਲਵੀ ਦੇ ਕੂਲ ਭੇਜਿਆ ਗਿਆ ਸੀ ਉਹ 9 ਸਾਲ ਦੀ ਉਮਰ ਵਿੱਚ ਇਹ ਬਣੇਗਾ ਕੁਐਸਚਨ ਤੇ ਇੱਕ ਕੁਐਸਚਨ ਹੋਰ ਹੈ ਜੋ ਮੌਲਵੀ ਦੇ ਕੋਲ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ ਗਿਆ ਸੀ ਤਾਂ ਉਥੋਂ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ ਇੱਕ ਉਰਦੂ ਅਤੇ ਦੂਜਾ ਅਰਬੀ ਇਹ ਪਤਾ ਹੋਣਾ ਚਾਹੀਦਾ ਹੈ ਤੁਸਤ ਇਥੋਂ ਕੁਐਸਚਨ ਬਣਨਗੇ ਬਾਕੀ ਗੁਰੂ ਨਾਨਕ ਦੇਵ ਜੀ ਦਾ ਤੁਸੀਂ ਸਾਰਾ ਪੜਨਾ ਹੈ ਹੁਣ ਇਹ ਦੱਸੋ ਕਿ ਸਿਲੇਬਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਲਿਖਿਆ ਸੀ ਕਿ ਨਹੀਂ ਤਾਂ ਹਾਂਜੀ ਲਿਖਿਆ ਸੀ ਤਾਂ ਉੱਥੋਂ ਹੀ ਕੁਐਸਚਨ ਪੁੱਛਿਆ ਗਿਆ ਹੈ ਤਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਆਪਾਂ ਕਿ ਜੋ ਨੈਕਸਟ ਕੁਐਸਚਨ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕੇ ਹੀਟ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਬਦਸੂਰਤ ਦਾ ਸਮਾਨਾਰਥੀ ਨਹੀਂ ਹੈ ਅਸੀਂ ਇਹ ਦੇਖਣਾ ਹੈ ਉੱਥੇ ਨਹੀਂ ਪਾਇਆ ਹੈ ਜਾਂ ਸਮਾਨਾਰਥੀ ਪਾਇਆ ਹੈ ਨਹੀਂ ਨੂੰ ਅਸੀਂ ਲੈ ਕੇ ਚੱਲਣਾ ਹੈ ਬਹੁਤ ਮੇਰੇ ਦੋਸਤ ਇਹੋ ਜਿਹੇ ਹਨ ਕਿ ਨਹੀਂ ਨੂੰ ਇਗਨੋਰ ਕਰ ਦਿੰਦੇ ਹਨ ਤਾਂ ਸਮਾਨਾਰਥੀ ਜਿਹੜਾ ਨਹੀਂ ਹੈ ਅਸੀਂ ਦੇਖ ਲੈਣੇ ਹਾਂ ਬਦਸੂਰਤ ਦਾ ਪੁੱਛਿਆ ਹੈ ਬਦ ਸ਼ਕਲ ਸ਼ਕਲ ਹੈ ਜੋ ਸਮਾਨਰਤੀ ਹੈ ਕ੍ਰੂਪ ਵੀ ਹੈ ਜੋ ਸਮਾਨਰਤੀ ਹੈ ਕੋਈ ਜਾਂ ਕਿਸੇ ਨੂੰ ਪਤਾ ਨਹੀਂ ਸੀ ਪਰ ਕੀ ਹੈ ਉੱਪਰਲੀ ਆਪਸ਼ਨ ਹੈ ਅਰੂਪ ਕ੍ਰੂਪ ਤੋਂ ਅਰੂਪ ਮਤਲਬ ਕੀ ਹੈ ਇੱਕ ਬਦਸਕਲ ਬਦਸੂਰਤ ਦੂਜਾ ਕੀ ਹੈ ਸੋਨਾ ਤਾਂ ਉਸਨੂੰ ਅਰੂਪ ਕਿਹਾ ਜਾਂਦਾ ਹੈ ਤਾਂ ਸਿੱਧਾ ਹੀ ਆਨਸਰ ਬਣਦਾ ਪਿਆ ਸੀ ਸਾਡਾ ਤਾਂ ਇਸ ਤਰ੍ਹਾਂ ਅਸੀਂ ਕੀ ਹੈ ਆਨਸਰ ਦੇਣਾ ਹੈ ਤਾਂ ਇਸ ਦਾ ਆਨਸਰ ਕੀ ਆ ਗਿਆ ਬੀ ਆਪਸ਼ਨ ਆ ਗਈ ਰੂਪ ਉਸ ਤੋਂ ਅੱਗੇ ਆ ਗਿਆ ਛਿੰਝ ਪੌਣੀ ਤੀਸਰਾ ਕੁਐਸਚਨ ਹੈ ਜੋ ਛਿੰਝ ਪੌਣੀ ਮੁਹਾਵਰੇ ਦੇ ਅਰਥ ਹਨ ਤਾਂ ਮੁਹਾਵਰਿਆਂ ਦੀ ਗੱਲ ਆ ਗਈ ਤਾਂ ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਮੁਹਾਵਰੇ ਦੀ ਅਸੀਂ ਪਛਾਣ ਕਿਸ ਤਰ੍ਹਾਂ ਕਰਨੀ ਹੈ ਤਾਂ ਜਦੋਂ ਪਿੱਛੇ ਨੰਨੇ ਜਾਂ ਨਾਣੀ ਦੀ ਆਵਾਜ਼ ਆਵੇ ਉਹ ਹੁੰਦਾ ਹੈ ਸਾਡਾ ਮੁਹਾਵਰਾ ਤੁਹਾਨੂੰ ਮੈਂ ਟ੍ਰਿਕ ਦੱਸ ਦਿੱਤੀ ਹੈ ਮੁਹਾਵਰਾ ਪਛਾਣਨ ਲਈ ਹੁਣ ਇਸ ਦੇ ਵਿੱਚ ਦੇਖੋ ਪਿੱਛੇ ਨੰਨਾ ਨਾਣਾ ਨੰਨਾ ਨਾਣਾ ਸਾਨੂੰ ਪਤਾ ਲੱਗ ਗਿਆ ਕਿ ਮੁਹਾਵਰਾ ਹੈ ਪਰ ਇੱਥੇ ਕੁਐਸਚਨ ਹੋਰ ਪੁੱਛਿਆ ਹੈ ਇੱਥੇ ਇਹਨਾਂ ਨੇ ਜਿਸ ਦਾ ਅਰਥ ਪੁੱਛਿਆ ਛਿੰਝ ਪਾਉਣੀ ਤਾਂ ਬਹੁਤ ਜ਼ਿਆਦਾ ਜਾਣਿਆ ਨੇ ਕੁਸ਼ਤੀ ਲੜਨੀ ਲਗਾ ਦਿੱਤਾ ਹੋਵੇਗਾ ਤੇ ਇਹ ਗਲਤ ਹੋ ਗਿਆ ਤਾਂ ਛਿੰਝਾਂ ਦੇ ਮੇਲੇ ਲੱਗਦੇ ਹਨ ਉੱਥੇ ਕੁਸ਼ਤੀ ਹੁੰਦੀ ਹੈ ਉਹ ਠੀਕ ਹਨ ਬਟ ਛਿੰਝ ਪਾਉਣੀ ਮਤਲਬ ਕੀ ਹੈ ਅਸੀਂ ਕਿਤੇ ਛਿੰਝ ਛੇੜ ਦੇਣੀ ਮਤਲਬ ਕੀ ਲੜਾਈ ਕਰਵਾ ਦੇਣੀ ਪੰਗਾ ਪਵਾ ਦੇਣਾ ਤਾਂ ਸਿੱਧਾ ਹੀ ਪਿਆਸੀ ਝਗੜਾ ਪਾਉਣਾ ਇਹ ਕੀ ਹੈ ਮੁਹਾਵਰੇ ਦਾ ਅਰਥ ਹੈ ਦੋਸਤੋ ਮੁਹਾਵਰੇ ਦਾ ਪੁੱਛਿਆ ਸੀ ਅਸੀਂ ਆਪਦੇ ਵੱਲੋਂ ਕੋਈ ਵੀ ਆਨਸਰ ਨਹੀਂ ला ਸਕਦੇ ਤਾਂ ਅਸੀਂ ਅਕੋਰਡਿੰਗ ਟੂ ਗ੍ਰਾਮਰ ਦੇ ਹੀ ਲਾਉਣਾ ਹੈ ਮੁਹਾਵਰੇ ਦਾ ਮਤਲਬ ਹੈ ਝਗੜਾ ਪਾਉਣਾ ਉਸ ਤੋਂ ਅੱਗੇ ਹੈ ਜੋ ਨੈਕਸਟ ਕੁਐਸਚਨ ਹੈ ਸਾਡਾ ਉਹ ਹੈ ਇਸਨੇ ਕਿਹਾ ਹੈ ਕਿ ਇੱਕ ਕੰਬਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਤਾਂ ਸਿੱਧਾ ਹੀ ਪਤਾ ਲੱਗ ਰਿਹਾ ਹੈ ਇਹ ਅਖਾਣ ਹੈ ਤਾਂ ਹੁਣ ਦੱਸੋ ਇੱਕ ਕੰਬਲੀ ਦੂਜੀ ਪੈ ਗਈ ਸਿਵਿਆਂ ਦੇ ਰਾਹ ਇਹਦਾ ਕੀ ਹੈ ਭਾਵਾਂ ਦਾ ਵਾਚਕ ਹੈ ਕੀ ਮਤਲਬ ਹੈ ਇਸਦਾ ਤਾਂ ਸਭ ਤੋਂ ਦੇਖਣਾ ਹੈ ਪਹਿਲਾਂ ਕੰਬਲੀ ਕਮਲੀ ਮਤਲਬ ਕੀ ਹੈ ਉਹ ਕੀ ਹੈ পাগল ਹੋਵੇਗਾ ਤਾਂ ਦੇਖੋ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਅਸੀਂ ਕੱਟਨੀ ਹੈ ਜਦੋਂ ਕਿਸੇ ਦੀ ਚਤਰਾਈ ਜਦੋਂ ਚਤਰਾਈ ਨੂੰ ਦੇਖਿਆ ਅਸੀਂ ਕੱਟ ਦੇਣਾ ਹੈ ਚਤਰਾਈ ਦੀ ਗੱਲ ਹੀ ਨਹੀਂ ਹੋਈ ਜਦੋਂ ਕਿਸੇ ਦੀ ਸਿਆਣਪ ਸਿਆਣਪ ਉਹ ਤਾਂ ਕਮਲੀ ਕਹਿ ਰਿਹਾ ਹੈ ਤਾਂ ਸਿਆਣਪ ਵੀ ਨਹੀਂ ਹੋਣਾ ਰਹਿ ਗਈ B ਅਤੇ D ਜਦੋਂ ਕਿਸੇ ਦੀ ਮੁਰਖਤਾ ਨੂੰ ਵਧੇਰੇ ਕਰਕੇ ਦੱਸਣਾ ਹੋਵੇ ਜਦੋਂ ਕਿਸੇ ਦੇ ਅਗਨ ਨੂੰ ਵਧੇਰੇ ਕਰਕੇ ਦੱਸਣਾ ਹੋਵੇ ਤਾਂ ਦੋਸਤੋ ਜਦੋਂ ਕਮਲੀ ਹੀ ਕਹਿ ਦਿੱਤਾ ਤਾਂ ਔਗੁਣਾਂ ਦੀ ਤਾਂ ਗੱਲ ਹੀ ਨਾ ਰਹੀ ਕਿਉਂਕਿ ਸਿਆਣੇ ਬਿਆਣੇ ਬੰਦੇ ਦੇ ਵਿੱਚ ਵੀ ਔਗੁਣ ਤਾਂ ਹੁੰਦੇ ਹਨ ਗਲਤ ਹੋ ਗਿਆ ਪਰ ਜਦੋਂ ਉਹ ਮੂਰਖ ਹੈ ਤਾਂ ਕੀ ਹੋ ਗਿਆ ਜਦੋਂ ਕਿਸੇ ਦੀ ਮੂਰਖਤਾ ਨੂੰ ਵਧੇਰੇ ਕਰਕੇ ਦੱਸਣਾ ਹੋਵੇ ਤਾਂ ਸਾਡਾ ਸਿੱਧਾ ਹੀ ਆਨਸਰ ਜੋ ਕਿ ਐਕਿਊਰੇਟ ਆਨਸਰ ਹੈ ਚੌਥੇ ਦਾ ਬੀ ਆ ਜਾਵੇਗਾ ਉਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਪੰਜਵੇਂ ਕੁਐਸਚਨ ਦੀ ਤਾਂ ਪੰਜਵੇਂ ਦੇ ਵਿੱਚ ਸਾਨੂੰ ਕਿਹਾ ਹੈ ਇਹਨਾਂ ਵਿੱਚੋਂ ਕਿਹੜਾ ਰੂਪ ਪ੍ਰੇਰਨਾਤਮਕ ਕਿਰਿਆ ਨੂੰ ਦਰਸਾਉਂਦਾ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਰਿਆ ਕੀ ਹੈ ਮਤਲਬ ਕਿ ਇਹ ਤੁਸੀਂ ਪੜ ਲੈਣਾ ਹੈ ਕਿਰਿਆ ਕੀ ਹੈ ਹੁਣ ਗ੍ਰਾਮਰ ਦਾ ਕੁਐਸਚਨ ਹੈ ਪੰਜਾਬੀ ਗ੍ਰਾਮਰ ਦਾ ਹੈ ਤਾਂ ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤਾਂ ਤੁਹਾਨੂੰ ਦੱਸ ਦਵਾਂ ਕਿਰਿਆ ਤਿੰਨ ਪ੍ਰਕਾਰ ਦੀ ਹੁੰਦੀ ਹੈ ਕਿਹੜੀ-ਕਿਹੜੀ ਇੱਕ ਸਧਾਰਨ ਕਿਰਿਆ ਹੁੰਦੀ ਹੈ ਇੱਕ ਪ੍ਰੇਰਨਾਤਮਕ ਕਿਰਿਆ ਇੱਕ ਦੂਰੀ ਪ੍ਰੇਰਣਾਤਮਕ ਕਿਰਿਆ ਹੁੰਦੀ ਹੈ ਤਾਂ ਤਿੰਨ ਤਰ੍ਹਾਂ ਦੀ ਕਿਰਿਆ ਹੁੰਦੀ ਹੈ ਜੇਕਰ ਉਸ ਦੇ ਰੂਪ ਦੇ ਅਧਾਰ ਤੇ ਕੀ ਤਾਂ ਇੱਕ ਸੁਧਾਰਨ ਕਿਰਿਆ ਹੁੰਦੀ ਹੈ ਇੱਕ ਸੰਸਰਗੀ ਕਿਰਿਆ ਹੁੰਦੀ ਹੈ ਤੇ ਇੱਕ ਕੀ ਹੁੰਦਾ ਹੈ ਸਾਡੀ ਜੋ ਤੀਜੀ ਕਿਰਿਆ ਹੁੰਦੀ ਹੈ ਉਹ ਕਿਹ ਜੀ ਸਹਾਇਕ ਕਿਰਿਆ ਹੁੰਦੀ ਹੈ ਤਾਂ ਅਸੀਂ ਉਧਰਲੇ ਪਾਸੇ ਦੇਖਾਂਗੇ ਪਰ ਇੱਥੇ ਗੱਲ ਹੋ ਰਹੀ ਹੈ ਪ੍ਰੇਰਣਾਤਮਕ ਕਿਰਿਆ ਮਤਲਬ ਕੀ ਹੈ ਪੰਜਾਬੀ ਗ੍ਰਾਮਰ ਪੰਜਾਬੀ ਦਾ ਨਾਮ ਰੱਖਿਆ ਸੀ ਤੁਹਾਨੂੰ ਮੈਂ ਸਟਾਰਟਿੰਗ ਜੀ ਕਿਹਾ ਸੀ ਆਪਾਂ ਦੇਖਾਂਗੇ ਸਿਲੇਬਸ ਚ ਆਇਆ ਹੈ ਕਿ ਨਹੀਂ ਤਾਂ ਆਇਆ ਹੈ ਪ੍ਰੇਰਣਾਤਮਕ ਕਿਰਿਆ ਜੋ ਸਾਨੂੰ ਪ੍ਰੇਰਣਾ ਦੇ ਰਹੀ ਹੈ ਪ੍ਰੇਰਣਾ ਹਮੇਸ਼ਾ ਇੱਕ ਬੰਦਾ ਆਪਦੀ ਨਹੀਂ ਲੈ ਸਕਦਾ ਉਹ ਦੂਜੇ ਬੰਦੇ ਤੋਂ ਲੈਂਦਾ ਹੈ ਸੌਰੀ ਤਾਂ ਪ੍ਰੇਰਣਾ ਦੂਜੇ ਬੰਦੇ ਤੋਂ ਲਈ ਜਾਂਦੀ ਹੈ ਮਤਲਬ ਕੀ ਹੈ ਏ ਨੇ ਬੀ ਨੂੰ ਕੋਈ ਕੰਮ ਕਿਹਾ ਹੋਵੇਗਾ ਤਾਂ ਉਸ ਨੂੰ ਉਤੋਂ ਪ੍ਰੇਰਣਾ ਮਿਲੀ ਹੋਵੇਗੀ ਤਾਂ ਇੱਥੇ ਦੇਖਦੇ ਹਾਂ ਹੁਣ ਦੇਖੋ ਜੇ ਏ ਕੰਮ ਕਰਦਾ ਹੁਣ ਇੱਥੇ ਆਪਸ਼ਨ ਹੈ ਪਿੰਜਣਾ ਏ ਜੇ ਆਪ ਖੁਦ ਕਰਦਾ ਕੰਮ ਤਾਂ ਏ ਕੀ ਕਰਦਾ ਇਹਨੇ ਪਿੰਜਣਾ ਸੀ ਵਸਤੂ ਨੂੰ ਤੇ ਜੇ ਕਿਸੇ ਤੋਂ ਕੰਮ ਕਰਵਾਉਣਾ ਹੈ ਤਾਂ ਕੀ ਆ ਜਾਵੇਗਾ ਪਿੰਜਾਉਣਾ ਆ ਜਾਵੇਗਾ ਕਿ ਮੰਨ ਲਓ ਹੁਣ ਦੂਰੀ ਪ੍ਰੇਰਣਾਤਮਕ ਹੁੰਦੀ ਤਾਂ ਸੀ ਵੀ ਆ ਜਾਂਦਾ ਕੰਮ A ਨੇ ਕਰਾਉਣਾ ਸੀ A ਨੇ B ਤੋਂ ਕੰਮ ਕਰਵਾਇਆ ਬਟ B ਨੇ ਕੀ ਕਿਹਾ ਮੇਰੇ ਕੋਲ ਸਮਾਂ ਨਹੀਂ ਹੈ ਉਹਨੇ C ਤੋਂ ਕੰਮ ਕਰਵਾਇਆ ਤਾਂ ਦੂਰੀ ਪ੍ਰੇਰਣਾਤਮਕ ਮਤਲਬ ਕੀ ਹੈ ਦੋ ਜਾਣਿਆਂ ਤੋਂ ਕੀ ਹੈ ਉਸ ਨੂੰ ਪ੍ਰੇਰਣਾ ਮਿਲ ਰਹੀ ਹੈ ਤਾਂ ਦੂਰੀ ਪ੍ਰੇਰਣਾਤਮਕ ਹੋਗੀ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਤਾਂ ਉਦੋਂ ਪਿੰਜ ਵਾਉਣਾ ਆ ਜਾਣਾ ਸੀ ਤਾਂ ਇਸ ਦਾ ਆਨਸਰ ਹੈ ਜੋ ਉਹ ਹੋ ਜਾਵੇਗਾ ਸੀ ਆਪਸ਼ਨ ਤਾਂ ਸੀ ਆਪਸ਼ਨ ਹੈ ਜੋ ਇਸ ਦਾ ਆਨਸਰ ਹੋ ਜਾਵੇਗਾ ਉਸ ਤੋਂ ਅੱਗੇ ਹੈ ਜੋ ਕਿ ਜੇਕਰ ਅਸੀਂ ਦੇਖੀਏ ਤਾਂ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਅੱਜ ਉਹਨੇ 4 ਘੰਟੇ ਗਾਉਣ ਦਾ ਰਿਆਜ਼ ਕੀਤਾ ਵਾਕ ਦੇ ਦਿੱਤਾ ਅੱਗੇ ਲਿਖਿਆ ਹੈ ਵਾਕ ਵਿੱਚ ਵਰਤੇ ਗਏ ਅੱਜ ਅਤੇ 4 ਘੰਟੇ ਕਿਰਿਆ ਵਿਸ਼ੇਸ਼ਣ ਕਰਮਵਾਰ ਕਿਹੜੀ ਸ਼੍ਰੇਣੀ ਨਾਲ ਸੰਬੰਧਿਤ ਹਨ ਤਾਂ ਅੱਜ ਦੇਖੋ ਟੂਡੇ ਦੀ ਗੱਲ ਹੋ ਰਹੀ ਹੈ ਤਾਂ ਇਹ ਕੀ ਦੱਸ ਰਿਹਾ ਹੈ ਸਾਨੂੰ ਟਾਈਮ ਦੱਸ ਰਿਹਾ ਹੈ ਕਿਦੋਂ ਦਾ ਅੱਜ ਦਾ ਮਤਲਬ ਕੀ ਹੈ ਵਰਤਮਾਨ ਦਾ 4 ਘੰਟੇ ਤਾਂ ਇਹ ਵੀ ਕੀ ਹੈ ਟਾਈਮ ਹੀ ਹੈ ਕਦੋਂ ਤੇ ਅੱਜ ਦੀ ਤਾਂ ਕਾਲ ਬਾਰੇ ਦੱਸ ਰਿਹਾ ਹੈ ਤਾਂ ਕੀ ਆ ਗਿਆ ਸਾਡਾ ਏ অপਸ਼ਨ ਆ ਗਈ ਕਾਲਵਾਚਕ 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 ਦਾ ਹੀ ਰੂਪ ਹੈ ਕਾਲਵਾਚਕ ਤਾਂ ਇਸ ਕਰਕੇ ਇਹਨਾਂ ਨੇ ਦੋ ਵਾਰੀ ਪਾਇਆ ਤਾਂ ਕਾਲਵਾਚਕ ਕਾਲਵਾਚਕ ਮਗਰ ਜੋ ਪਾਇਆ ਹੋਇਆ ਹੈ ਇਹ ਇਸ ਦੇ ਪ੍ਰਕਾਰ ਪਾਏ ਹੋਏ ਹਨ ਤਾਂ ਬਹੁਤ ਜ਼ਿਆਦਾ ਜਾਣੇ ਹਨ ਕਨਫਿਊਜ਼ਨ ਕ੍ਰੀਏਟ ਕੀਤੀ ਹੋਵੇਗੀ ਵਿੱਚ ਪਰ ਗਣਿਤ ਕੁਐਸਚਨ ਹੀ ਛੱਡ ਦਿੱਤਾ ਹੋਵੇਗਾ ਕਿ ਇਸ ਦਾ ਗ੍ਰੇਸ ਮਿਲੇਗਾ ਪਰ ਨਹੀਂ ਦੋਸਤੋ ਏ ਆਪਸ਼ਨ ਸੀ ਇਸ ਦੀ ਰਾਈਟ ਆਨਸਰ ਸੀ ਉਸ ਤੋਂ ਅੱਗੇ ਦੇਖਦੇ ਹਾਂ ਤਾਂ ਜੋ ਹੈ ਉਸ ਤੋਂ ਅੱਗੇ ਉਹ ਹੈ ਸਾਡਾ ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਬਦ ਵਿੱਚ ਸਾਰ ਪਿਛੇਤਰ ਦੇ ਰੂਪ ਵਿੱਚ ਨਹੀਂ ਆਉਂਦਾ ਹੁਣ ਆ ਕੀ ਆ ਗਿਆ ਪਿਛੇਤਰ ਪਿਛੇਤਰ ਸਾਡਾ ਹੁੰਦਾ ਹੈ ਜੋ ਪਿੱਛੇ ਲੱਗਦਾ ਹੈ ਕਿਉਂਕਿ ਪਿੱਛੇ ਪਾਇਆ ਹੋਇਆ ਤੇ ਅੱਗੇ ਪਾਇਆ ਹੋਵੇ ਤਾਂ ਅਗੇਤਰ ਹੁੰਦਾ ਹੈ ਤੇ ਜੋ ਵਿੱਚ ਹੁੰਦਾ ਹੈ ਉਹ ਕੀ ਹੁੰਦਾ ਹੈ ਸਾਡਾ ਮੂਲ ਸ਼ਬਦ ਹੁੰਦਾ ਹੈ ਮੂਲ ਸ਼ਬਦ ਹੈ ਉਸ ਦਾ ਅਗੇਤਰ ਜਾਂ ਪਿਛੇਤਰ ਹੁੰਦਾ ਹੈ ਹੁਣ ਅਸੀਂ ਦੇਖਣਾ ਹੈ ਇੱਥੇ ਮੂਲ ਸ਼ਬਦ ਹੈ ਜੋ ਕਿਹੜਾ ਕਿਹੜਾ ਹੈ ਤਾਂ ਅਸੀਂ ਦੇਖ ਲੈਣੇ ਹਾਂ ਕਿਹੜਾ ਕਿਹੜਾ ਹੈ ਮੂਲ ਸ਼ਬਦ ਸਭ ਤੋਂ ਪਹਿਲਾਂ ਦੇਖਦੇ ਹਾਂ ਅਨੁਸਾਰ ਹੁਣ ਦੇਖੋ ਮੂਲ ਕੀ ਹੈ ਅਨੂ ਹੋਣਾ ਚਾਹੀਦਾ ਹੈ ਤੇ ਪਛੇਤਰ ਕੀ ਹੈ ਸਾਰ ਹੋਣਾ ਚਾਹੀਦਾ ਹੈ ਪਛੇਤਰ ਦੇ ਰੂਪ ਵਿੱਚ ਸਾਰ ਕਿਹਾ ਹੈ ਇਹਨਾਂ ਨੇ ਸਾਰ ਕਿੱਥੇ ਕਿੱਥੇ ਯੂਜ਼ ਹੋਇਆ ਹੈ ਤਾਂ ਅਨੂ ਤਾਂ ਕਿਸੇ ਦਾ ਨਾਮ ਹੀ ਹੋ ਸਕਦਾ ਹੈ ਮਤਲਬ ਕਿ ਇਹ ਡਿਕਸ਼ਨਰੀ ਦੇ ਵਰਡ ਵਿੱਚ ਕੁਝ ਵੀ ਨਹੀਂ ਹੈਗਾ ਤਾਂ ਸਾਡਾ ਸਿੱਧਾ ਹੀ ਆਨਸਰ ਆ ਜਾਵੇਗਾ ਏ ਆਪਸ਼ਨ ਆ ਜਾਵੇਗਾ ਤੁਸੀਂ ਪੜ੍ਹ ਕੇ ਕਰਨਾ ਹੈ ਮਿਲਣ ਸਾਰ ਮਤਲਬ ਕੀ ਹੈ ਮਿਲਣ ਇੱਕ ਐਗਜ਼ਾਮਪਲ ਲੈ ਲੇਨੇ ਹਾਂ ਮਿਲਣ ਤੇ ਸਾਰ ਦੇਖੋ ਦੋਨੇ ਕੀਆ ਵੱਖੋ ਵੱਖਰੇ ਹਨ ਸਾਰ ਵੱਖਰਾ ਹੈ ਮਿਲਣ ਵੱਖਰਾ ਹੈ ਤਾਂ ਆਬਵੀਅਸੀ ਹੈ ਇੱਥੇ ਅਨੁਸਾਰ ਕੀ ਹੈ ਇਸਦਾ ਆਂਸਰ ਆ ਜਾਵੇਗਾ ਉਸ ਤੋਂ ਆਪਾਂ ਨੈਕਸਟ ਗੱਲ ਕਰੀਏ ਤਾਂ ਉੱਥੇ ਇਹਨਾਂ ਨੇ ਲਿਖਿਆ ਹੈ ਕਿ ਕਿਸ ਦਾ ਸਹੀ ਬਹੁਵਚਨੀ ਰੂਪ ਕਿਸ ਦਾ ਆਪਣਾ ਕੀ ਹੈ ਬਹੁਵਚਨੀ ਰੂਪ ਦੱਸਣਾ ਕਿਸ ਕਿਸ ਕੀ ਹੈ ਇੱਕ ਬੰਦਲੀ ਵਰਤਿਆ ਗਿਆ ਹੈ ਇਹ ਕੰਮ ਕਿਸ ਨੇ ਕੀਤਾ ਤੇ ਜੇ ਬਾਲੇ ਜਾਣੇ ਨਹੀਂ ਕੀਤਾ ਹੋਏ ਤਾਂ ਆਪਾਂ ਕਵਾਂਗੇ ਇਹ ਕੰਮ ਕਿੰਨਾ ਨੇ ਕੀਤਾ ਤਾਂ ਸਿੱਧਾ ਹੀ ਸਾਡਾ ਬੀ ਆਪਸ਼ਨ ਆ ਰਹੀ ਸੀ ਤੇ ਤਾਂ ਕਿੰਨਾ ਨੇ ਦੂ ਪਾਇਆ ਹੈ ਕਿੰਨਾ ਕਿੰਨਾ ਹੁਣ ਦੇਖੋ ਕਿੰਨਾ ਕ ਪਾਣੀ ਹੈ ਤਾਂ ਨੋ ਲੀਵਿੰਗ ਥਿੰਗ ਮਤਲਬ ਕੀ ਹੈ ਨਰਜੀਵ ਵਸਤੂਆਂ ਲਈ ਕਿੰਨਾ ਪਰ ਕੀ ਸੰਜੀਵ ਵਸਤੂਆਂ ਲਈ ਕੀ ਹੈ ਕਿੰਨਾ ਦੀ ਵਰਤੋਂ ਕਰਦੇ ਹਾਂ ਅਸੀਂ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਉਸ ਤੋਂ ਅੱਗੇ ਅਸੀਂ ਦੇਖਦੇ ਹਾਂ ਕਿ ਜੋ ਹੈ ਸਾਡਾ ਅੱਗੇ ਗੱਲ ਕਰੀਏ ਨੋਮੇ ਕੁਐਸਚਨ ਦੀ ਤਾਂ ਨੋਮੇ ਵਿੱਚ ਦੇਖਦੇ ਹਾਂ ਕਿਹੜੇ ਵਾਕ ਵਿੱਚ ਵਿਸ਼ਰਾਮ ਚਿੰਨਾਂ ਦੇ ਨਿਯਮਾਂ ਨੂੰ ਸਹੀ ਰੂਪ ਵਿੱਚ ਨਹੀਂ ਲਾਗੂ ਕੀਤਾ ਗਿਆ ਫਿਰ ਫੇਰ ਕੀ ਹੈ ਉਹਨਾਂ ਨੇ ਨਹੀਂ ਪੁੱਛ ਲਿਆ ਤਾਂ ਦੇਖਦੇ ਆਂ ਅਸੀਂ ਕਿਹੜੇ ਵਿੱਚ ਨਹੀਂ ਪਹਿਲਾਂ ਤਾਂ ਉਹ ਦੇਖੋ ਜਿੰਨਾ ਚ ਕੀ ਹੈ ਹੈਗਾ ਹੈ ਧੀਏ ਇਸ ਤਰ੍ਹਾਂ ਰੁੱਖਾ ਨਹੀਂ ਬੋਲੀਦਾ ਰੁੱਖਾ ਨਹੀਂ ਬੋਲੀਦਾ ਮਤਲਬ ਕੀ ਹੈ ਤਾਂ ਸਹੀ ਹੈ ਅਸੀਂ ਆਪਣੇ ਖੇਤ ਚ ਹੀ ਰਹਿੰਦੇ ਹਾਂ ਅਸੀਂ ਆਪਣੇ ਖੇਤ ਜੀ ਰਹਿੰਦੇ ਹਾਂ ਤਾਂ ਉਹ ਵੀ ਸਹੀ ਹੋ ਗਿਆ ਮਾਤਾ ਜੀ ਮੈਂ ਜਮਾਤ ਵਿੱਚੋਂ ਪਾਕਿਸਤਾਨ ਤੇ ਆਈ ਹਾਂ ਤਾਂ ਇੱਥੇ ਕਿਹਨੂੰ ਸੰਬੋਧਨ ਕਰ ਰਿਹਾ ਹੈ ਮਾਤਾ ਨੂੰ ਤਾਂ ਉੱਥੇ ਕੀ ਹੈ ਕੂਮਾ ਲੱਗਣਾ ਸੀ ਫਿਰ ਡਬਲ ਕੋਮੇ ਸ਼ੁਰੂ ਹੋਣੀ ਸੀ ਕਿਉਂਕਿ ਅਸੀਂ ਇੰਗਲਿਸ਼ ਦੇ ਵਿੱਚ ਨਰੇਸ਼ਨ ਪੜ੍ਹੇ ਹਨ ਉੱਥੇ ਕੀ ਹੈ ਕੂਮਾ ਲਾ ਕੇ ਫਿਰ ਡਬਲ ਕੋਮੇ ਸ਼ੁਰੂ ਹੁੰਦਾ ਹੈ ਤਾਂ ਇੱਥੇ ਮਾਤਾ ਜੀ ਦੇ ਪੈਰ 'ਚ ਕੂਮਾ ਫਿਰ ਇੱਥੇ ਡਬਲ ਕੋਮੇ ਫਿਰ ਇੱਥੇ ਨਾ ਕਿ ਮਾਤਾ ਦੇ ਮੂਰੇ ਡਬਲ ਕੋਮੇ ਲੱਗਣੀ ਸੀ ਤਾਂ ਸਾਡਾ ਆਨਸਰ ਕੀ ਆ ਗਿਆ ਫਿਰ ਇੱਥੇ ਸਾਡਾ ਸਿੱਧਾ ਹੀ ਐਕਿਊਰੇਟ ਆਪਸ਼ਨ ਜਿਹੜੀ ਆ ਰਹੀ ਸੀ ਉੱਥੇ ਕੀ ਆ ਰ ਗਿਆ ਸੀ ਆਪਸ਼ਨ ਹੈ ਜੋ ਸਾਡੀ ਆ ਗਈ ਇੱਥੇ ਮਾਤਾ ਜੀ ਮੈਜਮਾਦ ਵਿੱਚੋਂ ਪਹਿਲੇ ਸਥਾਨ ਤੇ ਆਈ ਹਾਂ 10ਵਾਂ ਕੁਐਸਚਨ ਜੋ ਕਿ ਮੈਂ ਲਾਸਟ ਹੀ ਕਵਾਂਗਾ ਕਿਉਂਕਿ ਜਾਦੇ ਕੁਐਸਚਨ ਕਰਾਉਣ ਦਾ ਮਤਲਬ ਕੀ ਹੈ ਵੀਡੀਓ ਨੂੰ ਲੈਂਥੀ ਬਣਾਉਣਾ ਲੰਮਾ ਬਣਾਉਣਾ ਤਾਂ ਉਹ ਆਪਾਂ ਨਹੀਂ ਕਰਨਾ ਕਿਉਂਕਿ ਮੈਂ ਸਮਝਾ ਸਮਝਾ ਕੇ ਕੁਐਸਚਨ ਕਰਵਾ ਰਿਹਾ ਹਾਂ ਤਾਂ ਇੱਥੇ ਹੈ 10ਵਾਂ ਕੁਐਸਚਨ ਕਿਰਨ ਨੇ ਆਪਣੇ ਘਰ ਆਏ ਬੰਦਿਆਂ ਤੋਂ ਪੁੱਛਿਆ ਤੁਸੀਂ ਕਿਹੜੇ ਵਿਭਾਗ ਵਿੱਚ ਮੁਲਾਜ਼ਮ ਹੋ ਤਾਂ ਨਿਮਨ ਲਿਖਤ ਵਿਕਲਪਾਂ ਵਿੱਚੋਂ ਉਪਰੋਕਤ ਵਾਕ ਦੇ ਸਹੀ ਵਿਸਮਕ ਚਿੰਨਾਂ ਵਾਲੇ ਵਿਕਲਪ ਨੂੰ ਚੁਣੋ ਵਿਸਮਕ ਚਿੰਨ ਕਿਹੜੇ ਹੁੰਦੇ ਹਨ ਤਾਂ ਆ ਜਿੰਦੇ ਲੱਗ ਜਾਂਦਾ ਹੈ ਇਹ ਵਿਸਮਕ ਹੁੰਦਾ ਹੈ ਤਾਂ ਪੰਜਾਬੀ ਗ੍ਰਾਮਰ ਦਾ ਪੋਰਸ਼ਨ ਹੈ ਦੋਸਤੋ ਬਹੁਤ ਜ਼ਿਆਦਾ ਆ ਰਿਹਾ ਹੈ ਇਸ ਨੂੰ ਚੰਗੀ ਤਰ੍ਹਾਂ ਨਾਲ ਕਰ ਲਵੋ ਨਿੱਕੀਆਂ-ਨਿੱਕੀਆਂ ਬਰੀਕੀਆਂ ਨੂੰ ਤੁਸੀਂ ਪੜਨਾ ਸ਼ੁਰੂ ਕਰ ਦੇਵੋ ਜੇਕਰ ਪੇਪਰ ਕ੍ਰੈਕ ਕਰਨਾ ਹੈ ਕਿਉਂਕਿ ਫੇਰ ਹੀ ਤੁਸੀਂ ਕੰਪੀਟੀਟਿਵ ਇਗਜ਼ਾਮ 'ਚ ਬੈਠ ਸਕਦੇ ਹੋ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹ ਤਾਂ ਪੜਨਾ ਤਾਂ ਸਾਨੂੰ ਪੈਂਦਾ ਹੀ ਹੈ ਤੇ ਇਸ ਨੂੰ ਵੀ ਅਸੀਂ ਪੜ੍ਹ ਲੈਨੇ ਹਾਂ ਕਿਉਂਕਿ ਪਹਿਲਾਂ ਅਸੀਂ ਲਾਈਟਲੀ ਪੜ੍ਹਦੇ ਸੀ ਹੁਣ ਸਾਨੂੰ ਡੀਪਲੀ ਪੜ੍ਹਨਾ ਪਵੇਗਾ ਤਾਂ ਆਪਾਂ ਉੱਥੇ ਹੀ ਆਉਣੇ ਹਾਂ ਕੁਐਸਚਨ ਤੇ ਹੁਣ ਵਿਸਮਕ ਚਿੰਨਾ ਦੀ ਗੱਲ ਕੀਤੀ ਹੈ ਤਾਂ ਕਿਰਨ ਨੇ ਆਪਣੇ ਘਾਰੇ ਬੰਦਿਆਂ ਤੋਂ ਪੁੱਛਿਆ ਤੁਸੀਂ ਕਿਹੜੇ ਵੀ ਭਾਗ 'ਚ ਜੋ ਮੁਲਾਜ਼ਮ ਹੋ ਤਾਂ ਵਿਸਮਕ ਚਿੰਨਾ ਨੂੰ ਆਪਾਂ ਦੇਖਣਾ ਹੈ ਤਾਂ ਦੇਖਦੇ ਹਾਂ ਕਿਰਨ ਨੇ ਆਪਣੇ ਘਾਰੇ ਬੰਦਿਆਂ ਤੋਂ ਪੁੱਛਿਆ ਤਾਂ ਵਿਸਮਕ ਚਿੰਨਾ ਜਿਹੜੇ ਇੱਥੇ ਨਹੀਂ ਆ ਰਿਹਾ ਨੂੰ ਚੁਣੋ ਤਾਂ ਕਰਨ ਦੇ ਮੂਰੇ ਕੀ ਹੈ ਤੁਸੀਂ ਆਏ ਲਾਤਾ ਮੈਂ ਤੁਹਾਨੂੰ ਹੁਣੇ ਸਮਝਾ ਗਿਆ ਤੇ ਆਏ ਕਰਨ ਤੋਂ ਬਾਅਦ ਹੀ ਆਹੀਂ ਬਰੈਕਟਾਂ ਲੱਗਦੀਆਂ ਹਨ ਤਾਂ ਕਰਨ ਨੇ ਆਪਣੇ ਘਰ ਆਏ ਬੰਦਿਆਂ ਤੋਂ ਪੁੱਛਿਆ ਇਹ ਵੀ ਗਲਤ ਹੋ ਗਿਆ ਕਰਨ ਨੇ ਆਪਣੇ ਘਰ ਆਏ ਬੰਦਿਆਂ ਤੋਂ ਪੁੱਛਿਆ ਕੀ ਪੁੱਛਿਆ ਤੁਸੀਂ ਕਿਹੜੇ ਵਿਭਾਗ ਚੋਂ ਮੁਲਾਜ਼ਮ ਹੋ ਤਾਂ ਇਹ ਸਹੀ ਲੱਗ ਰਿਹਾ ਹੈ ਉਸ ਤੋਂ ਅਗਲਾ ਪਾਸ ਦੇਖਦੇ ਹਾਂ ਕਰਨ ਨੇ ਆਪਣੇ ਘਰ ਆਏ ਬੰਦਿਆਂ ਤੋਂ ਪੁੱਛਿਆ ਤਾਂ ਇਹ ਵੀ ਗਲਤ ਹੋ ਗਿਆ ਤਾਂ ਇਸ ਦਾ ਆਨਸਰ ਸਹੀ ਕੀ ਹੋ ਗਿਆ ਸੀ ਆਪਸ਼ਨ ਇਸ ਦਾ ਸਹੀ ਆਨਸਰ ਹੋ ਗਿਆ ਆਈ ਹੋਪ ਤੁਹਾਨੂੰ ਕੁਐਸਚਨ ਵਧੀਆ ਲੱਗੇ ਹੋਣਗੇ ਵਧੀਆ ਤਰ੍ਹਾਂ ਸਮਝ ਆਏ ਹੋਣਗੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਕਮੈਂਟਸ ਦੇ ਵਿੱਚ ਤੁਸੀਂ ਆਪ ਤੇ ਆਨਸਰ ਦੇਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹ ਦੱਸਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇਕਰ ਤੁਸੀਂ ਹੋਰ ਵੀ ਹੈਲਪਫੁਲ ਵੀਡੀਓ ਦੇਖਣੀਆ ਚਾਹੁੰਦੇ ਹੋ ਸੋ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਜੀ